ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਰਹੀਮ ਦੇ ਨਾਮ ਦੇ ਚਰਚੇ ਅਕਸਰ ਸਰਕਾਰ ਵੱਲੋਂ ਕਦੇ ਪਰੋਲ ਤੇ ਕਦੇ ਛੁੱਟੀ ਦੇਣ ਦੇ ਨਾਲ ਚਲਦੇ ਰਹਿੰਦੇ ਆ। ਇਕ ਨਵੀਂ ਖ਼ਬਰ ਆਈ ਹੈ ਜਿਹੜੀ ਕਿ ਹਾਈ ਕੋਰਟ ਦੇ ਵਿਚ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਚ ਪੰਜ ਲੋਕ ਜਿਹੜੇ ਆ ਉਨ੍ਹਾਂ ਨੂੰ ਹਾਈ ਕੋਰਟ ਨੇ ਦੋਸ਼ ਮੁਕਤ ਕਰ ਦਿੱਤਾ, ਜਿਹੜੀ ਖ਼ਬਰ ਆਪਣੇ ਆਪ ਦੇ ਵਿਚ ਬਹੁਤ ਵੱਡਾ ਦਿਲ ਨੂੰ ਇਕ ਦੁੱਖ ਪਹੁੰਚਿਆ। ਤੇ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਤਿੰਨ ਦਿਨ ਵੋਟਾਂ ਵਿਚ ਰਹਿ ਗਏ ਨੇ, ਪੰਜਾਬ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਨੇ, ਤੇ ਇਸ ਸਮੇਂ ਤੇ ਇਹੋ ਜਿਹੜਾ ਫੈਸਲਾ ਵਾ ਇਹ ਆਪਣੇ ਆਪ ਦੇ ਵਿਚ ਕਿਸੇ ਨਾ ਕਿਸੇ ਪ੍ਰਭਾਵ ਚ ਹੁੰਦਾ ਦਿਖਾਈ ਦੇ ਰਿਹਾ। ਭਾਵੇਂ ਕਿ ਕੋਰਟ ਦੇ ਲਈ ਸਾਡੇ ਮਨ ਦੇ ਅੰਦਰ ਸਤਿਕਾਰ ਆ, ਪਰ ਅਸੀਂ ਇਹ ਸਮਝਦੇ ਹਾਂ ਕਿ ਕੋਰਟ ਦੇ ਵਿਚ ਜਿਹੜਾ CBI ਵੱਲੋਂ ਜਿਹੜਾ ਕੇਸ ਹੈ ਉਹ ਜਾਂ ਤਾਂ ਕਮਜ਼ੋਰ ਦਿੱਤਾ ਗਿਆ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਦਿੱਤਾ ਗਿਆ ਜਿਹੜਾ ਕਿ ਬਹੁਤ ਮਾੜਾ ਵਾ। ਅਸੀਂ ਇਹ ਚਾਹਵਾਂਗੇ ਕਿ ਜਿੱਥੇ ਕੋਰਟਾਂ ਜਿਹੜੀਆਂ ਵਾ ਐਸੇ ਆਦਮੀ ਵਾਸਤੇ ਜਿਹੜਾ ਕਿ ਬਲਾਤਕਾਰ ਦਾ ਦੋਸ਼ੀ ਹੋਵੇ, ਸਜ਼ਾ ਭੁਗਤ ਰਿਹਾ ਹੋਵੇ, ਕਤਲ ਦੇ ਮਾਮਲੇ ਸਜ਼ਾ ਭੁਗਤ ਰਿਹਾ ਹੋਵੇ, ਉਸ ਨੂੰ ਇਸ ਸਮੇਂ ਤੇ ਜਿਹੜੀ ਰਾਹਤ ਦਿੱਤੀ ਜਾਣੀ ਇਹ ਇਕ ਬੜੀ ਜਿਹੜੀ ਹੈ ਮੰਦਭਾਗੀ ਖ਼ਬਰ ਹੈ। ਸੋ ਆਮ ਆਵਾਮ ਦੇ ਅੰਦਰ ਇਸ ਗੱਲ ਦੇ ਲਈ ਬਹੁਤ ਦੁੱਖ ਪਾਇਆ ਜਾ ਰਿਹਾ, ਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ CBI ਜਿਹੜੀ ਆ ਇਸ ਕੇਸ ਨੂੰ ਅੱਗੇ ਲੈ ਕੇ ਜਾਵੇ ਤਾਂ ਕਿ ਇਸ ਦੋਸ਼ੀ ਨੂੰ ਜਿਹੜਾ ਕਿ ਆਪਣੀ ਜਿਹੜੀ ਆ ਪੈਸੇ ਦੇ ਜ਼ੋਰ ਨਾਲ, ਵਕਾਲਤ ਜਾਂ ਦਲੀਲਾਂ ਦੇ ਜ਼ੋਰ ਨਾਲ ਆਪਣਾ ਕੋਈ ਪ੍ਰਭਾਵ ਵਰਤ ਗਿਆ ਹੋਵੇ ਤਾਂ ਇਸ ਦੇ ਖਿਲਾਫ਼ ਅਗਲੀ ਕੋਰਟ ਦੇ ਵਿਚ ਜਾ ਕੇ ਇਹ ਜਿਹੜਾ ਆਪਣੇ ਆਪ ਦਾ ਪੱਖ ਕਰੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਸੇ ਵਿਅਕਤੀ ਦੇ ਜਿਹੜਾ ਕਿ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ ਤੇ ਵੱਡਾ ਇਸ ਗੱਲ ਦਾ ਦੋਸ਼ੀ ਆ ਉਸ ਦੇ ਖਿਲਾਫ਼ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜਾਈ ਜਿਹੜੀ ਆ ਆਪਣੀ ਜਾਰੀ ਰੱਖੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਰਹੀਮ ਦੇ ਨਾਮ ਦੇ ਚਰਚੇ ਅਕਸਰ ਸਰਕਾਰ ਵੱਲੋਂ ਕਦੇ ਪਰੋਲ ਤੇ ਕਦੇ ਛੁੱਟੀ ਦੇਣ ਦੇ ਨਾਲ ਚਲਦੇ ਰਹਿੰਦੇ ਆ। ਇਕ ਨਵੀਂ ਖ਼ਬਰ ਆਈ ਹੈ ਜਿਹੜੀ ਕਿ ਹਾਈ ਕੋਰਟ ਦੇ ਵਿਚ ਮੈਨੇਜਰ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ ਚ ਪੰਜ ਲੋਕ ਜਿਹੜੇ ਆ ਉਨ੍ਹਾਂ ਨੂੰ ਹਾਈ ਕੋਰਟ ਨੇ ਦੋਸ਼ ਮੁਕਤ ਕਰ ਦਿੱਤਾ, ਜਿਹੜੀ ਖ਼ਬਰ ਆਪਣੇ ਆਪ ਦੇ ਵਿਚ ਬਹੁਤ ਵੱਡਾ ਦਿਲ ਨੂੰ ਇਕ ਦੁੱਖ ਪਹੁੰਚਿਆ। ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਜਦੋਂ ਤਿੰਨ ਦਿਨ ਵੋਟਾਂ ਵਿਚ ਰਹਿ ਗਏ ਨੇ, ਪੰਜਾਬ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਨੇ, ਤੇ ਇਸ ਸਮੇਂ ਤੇ ਇਹੋ ਜਿਹੜਾ ਫੈਸਲਾ ਵਾ ਇਹ ਆਪਣੇ ਆਪ ਦੇ ਵਿਚ ਕਿਸੇ ਨਾ ਕਿਸੇ ਪ੍ਰਭਾਵ ਚ ਹੁੰਦਾ ਦਿਖਾਈ ਦੇ ਰਿਹਾ। ਭਾਵੇਂ ਕਿ ਕੋਰਟ ਦੇ ਲਈ ਸਾਡੇ ਮਨ ਦੇ ਅੰਦਰ ਸਤਿਕਾਰ ਆ, ਪਰ ਅਸੀਂ ਇਹ ਸਮਝਦੇ ਹਾਂ ਕਿ ਕੋਰਟ ਦੇ ਵਿਚ ਜਿਹੜਾ CBI ਵੱਲੋਂ ਜਿਹੜਾ ਕੇਸ ਹੈ ਉਹ ਜਾਂ ਤਾਂ ਕਮਜ਼ੋਰ ਦਿੱਤਾ ਗਿਆ ਜਾਂ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਦਿੱਤਾ ਗਿਆ ਜਿਹੜਾ ਕਿ ਬਹੁਤ ਮਾੜਾ ਵਾ। ਅਸੀਂ ਇਹ ਚਾਹਵਾਂਗੇ ਕਿ ਜਿੱਥੇ ਕੋਰਟਾਂ ਜਿਹੜੀਆਂ ਵਾ ਐਸੇ ਆਦਮੀ ਵਾਸਤੇ ਜਿਹੜਾ ਕਿ ਬਲਾਤਕਾਰ ਦਾ ਦੋਸ਼ੀ ਹੋਵੇ, ਸਜ਼ਾ ਭੁਗਤ ਰਿਹਾ ਹੋਵੇ, ਕਤਲ ਦੇ ਮਾਮਲੇ ਸਜ਼ਾ ਭੁਗਤ ਰਿਹਾ ਹੋਵੇ, ਉਸ ਨੂੰ ਇਸ ਸਮੇਂ ਤੇ ਜਿਹੜੀ ਰਾਹਤ ਦਿੱਤੀ ਜਾਣੀ ਇਹ ਇਕ ਬੜੀ ਜਿਹੜੀ ਹੈ ਮੰਦਭਾਗੀ ਖ਼ਬਰ ਹੈ। ਸੋ ਆਮ ਆਵਾਮ ਦੇ ਅੰਦਰ ਇਸ ਗੱਲ ਦੇ ਲਈ ਬਹੁਤ ਦੁੱਖ ਪਾਇਆ ਜਾ ਰਿਹਾ, ਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ CBI ਜਿਹੜੀ ਆ ਇਸ ਕੇਸ ਨੂੰ ਅੱਗੇ ਲੈ ਕੇ ਜਾਵੇ ਤਾਂ ਕਿ ਇਸ ਦੋਸ਼ੀ ਨੂੰ ਜਿਹੜਾ ਕਿ ਆਪਣੀ ਜਿਹੜੀ ਆ ਪੈਸੇ ਦੇ ਜ਼ੋਰ ਨਾਲ, ਵਕਾਲਤ ਜਾਂ ਦਲੀਲਾਂ ਦੇ ਜ਼ੋਰ ਨਾਲ ਆਪਣਾ ਕੋਈ ਪ੍ਰਭਾਵ ਵਰਤ ਗਿਆ ਹੋਵੇ ਤਾਂ ਇਸ ਦੇ ਖਿਲਾਫ਼ ਅਗਲੀ ਕੋਰਟ ਦੇ ਵਿਚ ਜਾ ਕੇ ਇਹ ਜਿਹੜਾ ਆਪਣੇ ਆਪ ਦਾ ਪੱਖ ਕਰੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਇਸੇ ਵਿਅਕਤੀ ਦੇ ਜਿਹੜਾ ਕਿ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ ਤੇ ਵੱਡਾ ਇਸ ਗੱਲ ਦਾ ਦੋਸ਼ੀ ਆ ਉਸ ਦੇ ਖਿਲਾਫ਼ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜਾਈ ਜਿਹੜੀ ਆ ਆਪਣੀ ਜਾਰੀ ਰੱਖੇਗੀ।